ਉਸ ਦਿਨ ਆਪਾਂ ਵੱਧ ਤੋਂ ਵੱਧ 3 ਤਰੀਕ ਨੂੰ ਜਿੰਨੇ ਅੱਛੇ ਆਏ ਆ ਉਹ ਤਾਂ ਆਉਣਾ ਹੀ ਆਉਣਾ, ਹੋਰ ਵੀ ਸੁਨੇਹੇ ਲਾ ਦਿਓ ਬਾਈ ਜੇ ਚਾਹੁੰਦੇ ਆ ਕਿ ਸਾਡਾ ਭਰਾ ਸਾਡੇ ਸਹੀ ਸਲਾਮਤ ਬਾਹਰ ਆਵੇ ਤੇ ਹੋਰ ਜਿਹੜੇ ਕਰ ਰਹੇ ਜਾਬਰ ਝੂਠੇ ਮੁਕਾਬਲੇ ਆ ਉਹਨਾਂ ਨੂੰ ਨੱਠ ਪਾਈ। ਪੰਜਾਬ ਉੱਠਿਆ, ਸੋ ਜਿਹੜਾ ਪੰਜਾਬ ਹਮੇਸ਼ਾ ਮੂਹਰਲੀ ਕਤਾਰ 'ਚ ਲੜਾਈਆਂ ਲੜਦਾ ਜ਼ੁਲਮ ਦੇ ਖਿਲਾਫ, ਅੱਜ ਉਹ ਪੰਜਾਬੀਆਂ 'ਤੇ ਸਭ ਤੋਂ ਜ਼ਿਆਦਾ ਤਸੱਦਦ ਹੋ ਰਿਹਾ ਸਮੇਂ ਦੀ ਸਰਕਾਰ ਫੈਸਲਾ ਲਿੱਤਾ ਵੀ ਉਹ ਪ੍ਰੋਗਰਾਮ ਅਸੀਂ 3 ਤਰੀਕ ਦਾ ਕੀਤਾ ਗਾ, 3 ਤਰੀਕ ਨੂੰ ਸਾਡੀ ਜਥੇਬੰਦੀਆਂ ਨਹੀਂ ਹੋ ਸਾਡੇ ਨੂੰ ਪੂਰਾ ਬਾਈ ਸਮਰਥਨ ਆ ਅਤੇ ਭਾਨੇ ਸਿੱਧੂ ਨੂੰ ਅਸੀਂ ਰਿਹਾ ਬੈਠਾ ਉਹਨੂੰ ਵੀ ਛਡਾ ਸਕੀ ਅਤੇ ਜਿਹੜੇ ਨੌਜਵਾਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸ਼ਿਕਾਰ ਬਣਨੇ ਆ ਇਹਨਾਂ ਨੂੰ ਜਿਹੜਾ ਕੁਹਾੜਾ ਵਾ ਜ਼ਬਰਦਸਤ ਕੋਈ ਰੋਕ ਸਕੀ। ਹਾਂਜੀ ਬਾਪੂ ਜੀ, ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਸਾਰੀਆਂ ਜਥੇਬੰਦੀਆਂ ਵੱਲੋਂ ਭਾਨੇ ਸਿੱਧੂ ਨੂੰ ਫੜ ਕੇ ਇਕੱਠ ਹੋਇਆ ਸੀਗਾ। ਕੱਲ੍ਹ ਪਹਿਲਾਂ ਅਸੀਂ 5 ਤਰੀਕ ਦਿੱਤੀ ਸੀ ਵੀ ਭਗਵੰਤ ਮਾਨ ਦੇ ਕੋਠੀ ਦੇ ਮੂਹਰੇ ਜਾ ਕੇ ਵੱਡਾ ਧਰਨਾ ਦੇਵਾਂਗੇ, ਪਰ ਅਸੀਂ ਅੱਜ ਐਮਰਜੈਂਸੀ ਮੀਟਿੰਗ ਸੱਦ ਕੇ ਸਾਨੂੰ ਲੱਗਿਆ ਵੀ ਲੇਟ ਹੋਣ ਉਰੀਏਵਨ ਦੇ ਕੇ ਉਹ ਅਸੀਂ 3 ਤਰੀਕ ਕਰਤੀ ਅਤੇ ਮੈਂ ਤੁਹਾਡੇ ਰਾਹੀਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹੁਮ ਵਾ ਕੇ ਮਤਲਬ 11 ਵਜੇ ਨੂੰ ਮਤਲਬ ਸੰਗਰੂਰੋਂ ਦੀ ਕੋਠੀ ਦੇ ਬਾਹਰ ਕੇ ਪਹੁੰਚਣ ਅਤੇ ਜਿੰਨਾ ਚਿਕਰ ਨੂੰ ਰਿਹਾ ਨਹੀਂ ਕਰਦੇ ਅੰਦੋਲਨ ਜਾਰੀ ਰੱਖਾਂਗੇ ਅਤੇ ਸੰਯੁਕਤ ਮੋਰਚੇ ਦੀ ਮਤਲਬ ਇਸ ਅੰਦੋਲਨ ਦੇ ਵਿੱਚ ਹਮਾਇਤ ਹੈ। ਮੇਰੇ ਸਾਰੇ ਲੀਡਰਾਂ ਨਾਲ ਗੱਲ ਕੀਤੀ ਸੀ, ਮਤਾ ਵੀ ਉੱਤੇ ਪਾਤਾ ਅਤੇ ਮੈਂ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ, ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਆਉਣਗੇ ਨੌਜਵਾਨੀ ਜੇ ਆਊਗੀ ਤਾਂ ਅੰਦੋਲਨ ਅਸੀਂ ਛੇਤੀ ਜਿੱਤ ਲਾਂਗੇ, ਇੱਕ ਵਾਰ ਸ਼ਾਂਤ ਰੱਖਾਂਗੇ ਤਾਂ ਅੰਦੋਲਨ ਅਸੀਂ ਜਿੱਤ ਜਾਵਾਂਗੇ, ਇਹੀ ਮੇਰੀ ਅੱਜ ਦਾ ਕਹਿਣਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਬੇਨਤੀ ਕਰ ਦਿੱਤੀ ਹੈ ਜੀ ਆਪਣੇ ਪ੍ਰਧਾਨ ਜੀ ਨੇ, ਬਸ ਸਾਰੇ ਨੌਜਵਾਨਾਂ ਨੂੰ ਇਹੀ ਬੇਨਤੀ ਹੈ ਵੀ ਜੇ ਜ਼ਬਰ ਦਾ ਘਵਾੜਾ ਰੋਕਣਾ ਵਾ ਜਿਹੜਾ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਵੱਖ ਵੱਖ ਤਰੀਕਿਆਂ ਦੇ ਨਾਲ, ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਕੁਛ ਕਹਿ ਕੇ ਜੇ ਉਹਨੂੰ ਰੋਕਣਾ ਵਾ ਤੇ ਸਾਰੇ ਵੀਰ 3 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ 'ਚ ਉੱਥੇ ਪਹੁੰਚ ਗਏ ਤਾਂ ਕਿ ਆਪਾਂ ਜਿਹੜਾ ਆਪਣਾ ਭਰਾ ਅੰਦਰ ਬੈਠਾ ਵਾ ਉਹਨੂੰ ਵੀ ਛਡਾ ਸਕੀਏ ਅਤੇ ਜਿਹੜੇ ਨੌਜਵਾਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸ਼ਿਕਾਰ ਬਣਨੇ ਆ ਇਹਨਾਂ ਦਾ ਜਿਹੜਾ ਘਵਾੜਾ ਵਾ ਜ਼ਬਰ ਦਾ ਉਹ ਵੀ ਰੋਕ ਸਕੀਏ ਆਪਾਂ। ਹਾਂਜੀ ਦੇਖੋ, ਅੱਜ ਜਿਹੜੀ ਮੀਟਿੰਗ ਸੀ ਇਹ ਭਾਨੇ ਦੇ ਘਰ ਬੁਲਾਈ ਗਈ ਹੈ, ਇੱਕ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦਾ ਫੈਸਲਾ ਹੋਇਆ, ਇਹ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਹੋਇਆ, ਜਿਸ ਤਰ੍ਹਾਂ ਦਾ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਫੈਸਲਾ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਲਿਆ ਹੈ ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ, ਸੋ ਇਹਦੇ ਨਾਲ ਇਕੱਠੇ ਹੋ ਕੇ ਤਕੜਾ ਸੰਘਰਸ਼ ਕਰਨ ਦਾ ਫੈਸਲਾ ਹੈ, ਅਸੀਂ ਇਹਨੂੰ ਸਿਰੇ ਲਾਵਾਂਗੇ, ਭਾਨੇ ਨੂੰ ਵੀ ਰਿਹਾਅ ਕਰਾਵਾਂਗੇ ਆਉਂਦੇ ਦਿਨਾਂ ਦੇ ਅੰਦਰ। 3 ਤਰੀਕ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਉਹਦੇ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਸਹਿਮਤੀ ਦਿੱਤੀ ਹੈ, ਵੱਡੀ ਗਿਣਤੀ ਜਥੇਬੰਦੀਆਂ ਦੀਆਂ ਉਰੇ ਹਾਜ਼ਰੀ ਹੈਗੀ ਹੈ, ਉਹਨਾਂ ਦੇ ਲੀਡਰ ਸਾਹਿਬਾਨ ਨੇ, ਅਤੇ ਵੱਡੇ ਇਕੱਠ ਕਰਾਂਗੇ, ਸਰਕਾਰ ਨੂੰ ਇਹ ਮਜਬੂਰ ਕਰਾਂਗੇ ਕਿ ਸਾਡੇ ਸਾਥੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਹਾਂਜੀ ਬਾਈ ਜੀ, ਮੇਰੀ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਆ, ਅਪੀਲ ਆ ਵੀ ਭਾਈ ਜਿਹੜਾ ਭਾਨੇ ਦੀ ਰਿਹਾਈ ਵਾਸਤੇ 3 ਤਰੀਕ ਨੂੰ ਭਗਵੰਤ ਮਾਨ ਦੀ ਕੋਠੀ ਦਾ ਘਾਓ ਕਰਿਆ ਜਾ ਰਿਹਾ ਜਾਂ ਧਰਨਾ ਲਾਇਆ ਜਾ ਰਿਹਾ, ਇਹਦੇ ਵਿੱਚ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਪਹੁੰਚਿਆ ਜਾਵੇ, ਕਿਉਂਕਿ ਜਿਹੜਾ ਸਵਾਲ ਆ ਕਾਨੂੰਨ ਦੀ ਵਿਵਸਥਾ ਸਵਾਲ ਆ, ਜੇ ਕਾਨੂੰਨ ਹੋਰ ਮਤਲਬ ਗਲਤ ਬੰਦੇ ਵਾਸਤੇ ਹੋਰ ਨੇ, ਜਿਹੜੇ ਸਹੀ ਬੰਦੇ ਉਹਨਾਂ ਵਾਸਤੇ ਹੋਰ ਨੇ, ਆਹ ਜਿਹੜੇ ਲੋਕਾਂ ਦੇ ਸੱਚ ਦੀ ਆਵਾਜ਼ ਉਠਾਉਂਦੇ ਨੇ ਉਹਨੂੰ ਦੱਬਣ ਵਾਸਤੇ ਸਰਕਾਰਾਂ ਇਹੋ ਜਿਹੇ ਹੱਥਕੰਡੇ ਅਪਣਾ ਰਹੀਆਂ ਨੇ, ਉਹਨੂੰ ਰੋਕਣ ਵਾਸਤੇ ਆਪਾਂ ਨੂੰ ਇਹੋ ਜਿਹੇ ਪੁਰਜ਼ੋਰ ਜਿਹੜੇ ਧਰਨੇ ਮੁਜ਼ਾਹਰੇ ਕਰਨੇ ਪੈਣੇ ਨੇ ਆਉਣ ਵਾਲੇ ਟਾਈਮ ਦੇ। ਠੀਕ ਹੈ ਜੀ। ਹਾਂਜੀ ਸਾਰੀ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ, ਸਾਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਊਗਾ। ਗੱਲ ਅੱਜ ਸਾਡੇ ਪੰਜਾਬ ਦੀ ਹੈ, ਪੰਜਾਬ ਦੀ ਕਿਸਾਨੀ ਔਰ ਜਵਾਨੀ ਦੋਨੋਂ ਖਤਰੇ ਦੇ ਵਿੱਚ ਆ, ਅਸੀਂ ਜਿਹੜੀ ਸਰਕਾਰ ਬਦਲਾਅ ਦੇ ਚੱਕਰ ਦੇ ਵਿੱਚ ਚੁਣ ਕੇ ਬਹਿ ਗਈ ਆ, ਇਹ ਸਰਕਾਰ ਇਹ ਉਹੀ ਸਰਕਾਰ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਪਿੱਛੇ ਲਾਇਆ ਸੀ ਤੇ ਨੌਜਵਾਨਾਂ ਨੇ ਆਪਣੀ ਤਨਦੇਹੀ ਦੇ ਨਾਲ ਇਹਨਾਂ ਦੇ ਨਾਲ ਖੜ ਕੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਤੇ ਉਹੀ ਆਮ ਆਦਮੀ ਪਾਰਟੀ ਆ ਜਿਹੜੀ ਅੱਜ ਆਮ ਆਦਮੀ ਦੇ ਉੱਪਰ ਜ਼ਬਰ ਕਰ ਰਹੀ ਹੈ।
ਸੋ ਅਸੀਂ ਜਬਰ ਦੇ ਖਿਲਾਫ ਲੜਦੇ ਆਏ ਹਾਂ ਤੇ ਲੜਦੇ ਰਹਾਂਗੇ। ਸੋ ਮੇਰੇ ਸਾਰੇ ਹੀ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ 3 ਤਰੀਕ ਦਾ ਜੋ ਅਸੀਂ ਪ੍ਰੋਗਰਾਮ ਲੀਕਿਆ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਤਾਂ ਕਿ ਅਸੀਂ ਭਾਨੇ ਸਿੱਧੂ ਨੂੰ ਰਿਹਾ ਕਰ ਸਕੀਏ। ਬਾਈ ਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਦੇਸ਼ ਵਿੱਚ ਹਿੰਦੁਸਤਾਨ ਵਿੱਚ ਜਦ ਵੀ ਉੱਠਿਆ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਪੰਜਾਬ ਉੱਠਿਆ। ਸੋ ਜਿਹੜਾ ਪੰਜਾਬ ਹਮੇਸ਼ਾ ਮੂਹਰਲੀ ਕਤਾਰ 'ਚ ਲੜਾਈਆਂ ਲੜਦਾ ਜ਼ੁਲਮ ਦੇ ਖਿਲਾਫ, ਅੱਜ ਉਹ ਪੰਜਾਬੀਆਂ 'ਤੇ ਸਭ ਤੋਂ ਜ਼ਿਆਦਾ ਤਸੱਦਦ ਹੋ ਰਿਹਾ ਸਮੇਂ ਦੀ ਸਰਕਾਰ ਵੰਨਿਓ ਚਾਹੇ ਸੈਂਟਰ ਵੰਨਿਓ। ਸੋ ਇਸ ਦੇ ਖਿਲਾਫ ਲਾਮਬੰਦ ਹੋ ਕੇ ਗੁਰੂ ਸਾਹਿਬ ਨੇ ਜਿਹੜੇ ਰਾਹ ਦਿਖਾਏ ਨੇ ਉਹਨਾਂ 'ਤੇ ਚੱਲਦੇ ਹੋਏ ਇਸ ਜ਼ਬਰ ਦੇ ਖਿਲਾਫ ਵੱਡਾ ਸੰਘਰਸ਼ ਵਿੱਢਣਾ ਪਊਗਾ। ਸੋ ਸਾਰੀ ਜਿਹੜੀਆਂ ਸਾਡੀਆਂ ਜਥੇਬੰਦੀਆਂ, ਇਹਨੂੰ ਅਸੀਂ ਨੌਜਵਾਨ ਪੀੜ੍ਹੀ ਫੋਲੋ ਕਰਦੇ ਹਾਂ, ਸਮਾਜ ਸੇਵਕਾਂ ਨੂੰ ਫੋਲੋ ਕਰਦੇ ਹਾਂ। ਸੋ ਜਥੇਬੰਦੀਆਂ ਨੇ ਜਿਹੜਾ ਕੌਲ ਦਿੱਤੀ ਹੈ 3 ਤਰੀਕ ਨੂੰ ਸੰਗਰੂਰ ਵਿਖੇ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਵਾਸਤੇ, ਸੋ ਮੇਰੇ ਵੰਨਿਓ, ਪੰਚਾਇਤ ਯੂਨੀਅਨ ਵੰਨਿਓ ਲਾ ਲਓ, ਇੱਕ ਸਰਪੰਚ ਵੰਨਿਓ ਲਾ ਲਓ, ਅਧਨੇ ਵੰਨਿਓ ਬੇਨਤੀ ਹੈ ਵੀ ਵੱਧ ਚੜ੍ਹ ਕੇ ਇਸ ਵਿੱਚ ਹਿੱਸਾ ਲਈਏ ਅਤੇ ਇਸ ਜ਼ਬਰ ਦੀ ਵਿਰੋਧੀ ਜਿਹੜੀ ਸਰਕਾਰ ਆ ਉਸ ਦੀਆਂ ਜੜ੍ਹਾਂ ਆਪਾਂ ਹਿਲਾ ਦਈਏ। ਹਾਂਜੀ ਬੱਬੂ ਜੀ, ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਬਾਈ ਅਸੀਂ ਨਾਲ ਹਾਂ, ਭਾਨੇ ਪਿੱਛੇ ਨਹੀਂ, ਇਨਸਾਨੀਅਤ ਤੌਰ ਦੇ ਉੱਤੇ ਸਾਰਿਆਂ ਨੂੰ ਸਾਨੂੰ ਆਉਣਾ ਚਾਹੀਦਾ। ਜਿਵੇਂ ਅਸੀਂ ਕੱਲ੍ਹ ਦਾ ਇਕੱਠ ਸੀਗਾ ਸਾਡਾ ਕੋਰਟ ਦੋਨੇ ਬਹੁਤ ਵੱਡਾ ਹੰਗਾਰਾ, ਇਸ ਲੋਟ ਹੀ ਸਾਡਾ 3 ਤਰੀਕ ਨੂੰ ਸੰਗਰੂਰ ਵੱਧ ਇਕੱਠ ਹੋਣਾ ਚਾਹੀਦਾ, ਕਿਉਂਕਿ ਤਰੀਕ ਇਹਦੇ 'ਚ ਪਹਿਲਾਂ ਮੈਂ ਬੇਨਤੀ ਕਰਦਾ ਵੀ 5 ਦਿੱਤੀ ਗਈ ਸੀ, ਪਰ ਉਹਦੇ 'ਤੇ ਜ਼ੁਲਮ ਦਿਨ ਵੱਧ ਕਰੀ ਜਾਂਦੇ ਆ। ਉਸ ਕਰਕੇ ਅੱਜ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਲਿੱਤਾ ਵੀ ਉਹ ਪ੍ਰੋਗਰਾਮ ਅਸੀਂ 3 ਤਰੀਕ ਦਾ ਕੀਤਾ ਗਾ, 3 ਤਰੀਕ ਨੂੰ ਸਾਡੀ ਜਥੇਬੰਦੀ ਨਿਓ ਸਾਡੇ ਨਿਓ ਪੂਰਾ ਬਾਈ ਸਮਰਥਨ ਆ ਅਤੇ ਭਾਨੇ ਸਿੱਧੂ ਨੂੰ ਅਸੀਂ ਰਿਹਾਅ ਕਰਾਵਾਂਗੇ। ਹਾਂਜੀ ਬਾਪੂ ਜੀ। ਹਾਂਜੀ ਬਾਈ ਤੁਸੀਂ ਬੋਲੋ। ਅਸੀਂ ਜੀ ਜਥੇਬੰਦੀਆਂ ਨੇ ਤਾਂ ਸਾਰੀਆਂ ਨੇ ਦੱਸ ਹੀ ਦਿੱਤਾ, ਜਥੇਬੰਦੀਆਂ ਦੀ ਸਾਰੀਆਂ ਦੀ ਫੁੱਲ ਸਪੋਰਟ ਆ, ਪੂਰੀ ਹਮਾਇਤ ਆ ਕਿ ਅਸੀਂ ਨੌਜਵਾਨਾਂ ਨੂੰ, ਵੀਰਾਂ ਨੂੰ, ਮਾਤਾਵਾਂ ਨੂੰ, ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਨੇ ਨੂੰ ਰਿਹਾਅ ਕਰਾਉਣ ਲਈ 3 ਤਰੀਕ ਨੂੰ ਸੰਗਰੂਰ ਲਾਜ਼ਮੀ ਤੌਰ 'ਤੇ ਉੱਥੇ ਜ਼ਰੂਰ ਪਹੁੰਚੋ ਜੀ। ਹਾਂਜੀ ਬਾਈ ਜੀ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮੈਂ ਮਨਜੀਤ ਸਿੰਘ ਸਾਰੇ ਸਾਡੇ ਨੌਜਵਾਨ ਵੀਰਾਂ ਨੂੰ, ਬੀਬੀਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਕਹਿੰਦਾ, ਜਿਹੜਾ ਸਾਡੇ ਸਿੱਧੂ ਛੋਟੇ ਵੀਰ 'ਤੇ ਇੱਕ ਬਹੁਤ ਹੀ ਜ਼ਿਆਦਾ ਤਸੱਦਦ ਕੀਤਾ ਜਾ ਰਿਹਾ ਸਰਕਾਰ ਵੱਲੋਂ, ਕਿਉਂਕਿ 1 ਹਫ਼ਤਾ ਪਹਿਲਾਂ ਹੋ ਗਿਆ, ਅਸੀਂ ਪਹਿਲਾਂ ਕੱਲ੍ਹ ਉੱਥੇ ਇਕੱਠ ਸੀਗੇ ਕੋਟ ਦੋਨੇ ਮੰਡੀ 'ਚ, 5 ਤਰੀਕ ਦੇ ਸੀਗੇ, ਅਸੀਂ ਅੱਜ ਸਾਰੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਫੈਸਲਾ ਕਰਕੇ 3 ਤਰੀਕ ਦਾ ਕਰਿਆ ਵੀ 3 ਤਰੀਕ ਨੂੰ ਅਸੀਂ ਸੰਗਰੂਰ ਸਵੇਰੇ 10 ਵਜੇ ਨੂੰ ਪਹੁੰਚੀਏ, ਵੱਧ ਤੋਂ ਵੱਧ ਸੰਖਿਆ 'ਚ ਪਹੁੰਚੀਏ, ਤਾਂ ਕਿ ਅਸੀਂ ਆ ਸਰਕਾਰ ਦੇ ਤਾਬੂਤ ਦੇ ਵਿੱਚ ਆਖਰੀ ਕਿੱਲ ਸਾਬਤ ਹੋ ਸਕੇ, ਕਿਉਂਕਿ ਜਿਹੜਾ ਜਾਬਰ ਜਨਾ ਨੌਜਵਾਨ ਮੁੰਡਿਆਂ ਦੇ ਕਰਨ ਲੱਗੇ ਆ ਉਹ ਬੰਦ ਕਰਕੇ ਇਹ ਸੋਚਣ ਦੇ ਮਜਬੂਰ ਹੋ ਜਾਣ, ਕਿਉਂਕਿ ਇਹ ਕਿਸੇ ਅਬਦਾਲੀ ਦਾ ਰਾਜ ਨਹੀਂ ਹੈਗਾ, ਇਹ ਆਮ ਪਬਲਿਕ ਦਾ ਰਾਜ ਹੈ ਤੇ ਇੱਦਾਂ ਚੱਲੂਗਾ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਬੋਲਣਾ ਜੀ ਇਧਰ ਕਿਸੇ ਤੁਸੀਂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜੋ ਆਪਣੇ ਵੀਰ ਭਾਨਾ ਸਿੱਧੂ ਤੇ ਜਾਵਟ ਆਇਆ ਗਿਆ ਨਜਾਇਜ਼ ਪਰਚੇ ਕੀਤੇ ਉਹਦੇ ਸੰਬੰਧ ਵਿੱਚ ਕੱਲ੍ਹ ਆਪਣਾ ਕੋਟ ਦੋਨਾਂ ਵਿਖੇ ਵੱਡੀ ਇਕੱਠ ਹੋਇਆ ਲੋਕਾਂ ਦਾ, ਉੱਥੋਂ ਇਹ ਗੱਲ ਨਿਕਲ ਕੇ ਆਈ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਵਿਚਾਰ ਸੀ ਵੀ ਆਪਾਂ ਭਗਵੰਤ ਮਾਨ ਮੁੱਖ ਮੰਤਰੀ ਦੀ ਕੋਠੀ ਘੇਰੀਏ। ਉਹਦਾ ਸਮਾਂ 5 ਤਰੀਕ ਦਿੱਤਾ ਗਿਆ ਸੀ। ਕੱਲ੍ਹ ਹੋਰ ਇੱਕ ਪਰਚਾ ਰਾਤ ਨੂੰ ਜਿਹੜਾ ਹੈਗਾ ਮੋਹਾਲੀ ਵਿਖੇ ਦਰਜ ਕੀਤਾ, ਜਿਹੜਾ ਉਹਦਾ ਮਤਲਬ ਸਰਕਾਰ ਜਿਹੜੀ ਆ ਪਿੱਛੇ ਨਹੀਂ ਹਟ ਰਹੀ, ਜ਼ਿਆਦਾ ਜ਼ੁਲਮ ਢਾ ਰਹੀ ਆ, ਉਹਦੇ ਕਰਕੇ ਜਿਹੜਾ ਹੈਗਾ ਸੋਚਿਆ ਕਿਸਾਨ ਜਥੇਬੰਦੀਆਂ ਨੇ, ਬਾਈ ਲੱਖਾਂ ਜੀ ਨੇ, ਜੋ ਵੀ ਇਨਸਾਨ ਪਸੰਦ ਲੋਕ ਨੇ, ਇਹ ਨਿਰਣਾ ਲਿਆ ਅੱਜ ਹੁਣੇ ਹੁਣੇ ਮੀਟਿੰਗ ਕਰਕੇ ਵੀ ਜਿਹੜਾ ਆਪਾਂ ਪ੍ਰੋਗਰਾਮ ਆ 5 ਵਾਲਾ 3 ਤੇ ਲੈ ਕੇ ਜਾਈਏ, ਤਾਂ ਕਿ ਸਰਕਾਰ ਦੀਆਂ ਅੱਖਾਂ ਖੋਲ ਸਕੀਏ, ਸਰਕਾਰ ਨੂੰ ਘੇਰ ਸਕੀਏ। ਇਸ ਲਈ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ, ਨੌਜਵਾਨਾਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ ਬੇਨਤੀ ਕਰਦੇ ਹਾਂ, ਇਸ ਜਾਬਰ ਦੇ ਖਿਲਾਫ਼ ਆਪਾਂ ਨੂੰ ਇੱਕ ਵਾਰ ਜ਼ਰੂਰ ਸਾਰੇ ਪੰਜਾਬ ਨੂੰ ਸੜਕਾਂ 'ਤੇ ਆਉਣਾ ਪੈਣਾ। ਇਸ ਲਈ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਪਹੁੰਚਣਾ 3 ਤਰੀਕ ਨੂੰ, ਵੱਧ ਤੋਂ ਵੱਧ ਸਾਧਨ ਲੈ ਕੇ ਆਪਣਾ ਜੋ ਵੀ ਹੈ ਰਾਸ਼ਨ ਪਾਣੀ, ਜੋ ਕਿਸੇ ਵੀ ਹੈ, ਇੱਕ ਆਪਣਾ ਸਮਾਜ ਸੇਵੀ ਦਾ ਮਤਲਬ ਜਿਹੜਾ ਹੈਗਾ ਉਹਦੇ 'ਤੇ ਤਸ਼ੱਦਦ ਹੋ ਰਿਹਾ,
ਇਹ ਆਪਣੇ ਤੇ ਵੀ ਹੋਣਾ। ਇਸ ਲਈ ਆਪਾਂ ਕਿਸੇ ਤੋਂ ਕੋਈ ਆਸ ਨਾ ਰੱਖੀਏ ਵੀ ਉੱਥੇ ਆਪਾਂ ਨੂੰ ਚਾਹ ਪਾਣੀ ਵਗੈਰਾ ਹੋਰ ਮਿਲੇਗਾ, ਜੋ ਵੀ ਆਪਾਂ ਹੈਗਾ ਆਪਦਾ ਬੰਦੋਬਸਤ ਕਰਕੇ ਆਪ ਲੈ ਕੇ ਜਾਣਾ। ਇੰਨਾ ਕਹਿੰਦੇ ਹੋਏ ਸਭ ਤੋਂ ਵੱਧ ਪਹੁੰਚਣਾ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਨੂੰ ਬਾਈ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਭਰਾ ਮੇਰੇ, ਪਹਿਲਾਂ ਤਾਂ ਬਾਈ ਜਿੰਨੇ ਸਾਡੇ ਪਿੰਡ ਕੋਟਦਨੇ ਦੇ ਵਿੱਚ ਕੱਲ੍ਹ ਜਿੰਨੀ ਸੰਗਤ ਆਈ ਹੈ, ਅਸੀਂ ਪਹਿਲਾਂ ਤਾਂ ਮਾਫੀ ਇਹ ਚਾਹੁੰਦੇ ਵੀ ਸਾਤੋਂ ਪੂਰਾ ਪ੍ਰਬੰਧ ਨਹੀਂ ਹੋ ਸਕਿਆ, ਔਰ ਜਿਹੜੀ ਸੰਗਤ ਪਿੱਛੇ ਜਾਮਾਂ ਦੇ ਵਿੱਚ ਫਸ ਗਈ ਉਹ ਇੱਥੇ ਪਹੁੰਚ ਨਹੀਂ ਸਕੇ, ਪਹਿਲਾਂ ਤਾਂ ਬਾਈ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਹਾਂ। ਬਾਈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਇਹ ਆ, ਜਿਹੜੀ ਤੁਹਾਡੀ ਆਵਾਜ਼ ਸੀ ਵੀ 5 ਤਰੀਕ ਦਾ ਦਿਨ ਵੀ ਥੋੜ੍ਹੇ ਜਿਹੇ ਦਿਨ ਵੱਧ ਨੇ, ਉਹ ਸਾਰੀ ਆਪਣੀ ਜਥੇਬੰਦੀ ਨੇ, ਲੱਖੇ ਬਾਈ ਹੋਰਾਂ ਨੇ, ਸਾਰਿਆਂ ਨੇ ਇਹ 3 ਤਰੀਕ ਦਾ ਬਾਈ ਆਪਾਂ ਪ੍ਰੋਗਰਾਮ ਰੱਖਤਾ ਸੰਗਰੂਰ ਦਾ, ਉਹਦੀ ਕੋਠੀ ਘੇਰਾਂਗੇ CM ਦੀ। ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਵੱਧ ਤੋਂ ਵੱਧ ਮੈਂ ਨੌਜਵਾਨਾਂ ਨੂੰ ਇੱਕ ਅਪੀਲ ਕਰਦਾ ਭਰਾ ਮੇਰਿਓ ਵੀ ਬਾਈ ਬਣ ਕੇ ਸ਼ਾਂਤ ਮਾਹੌਲ ਨਾਲ ਆਪਾਂ ਇਹ ਧਰਨਾ ਰੱਖਣਾ, ਕਿ ਉਹ ਸਰਕਾਰਾਂ ਕਹਿੰਦੀਆਂ ਨੇ ਵੀ ਆਪਾਂ ਨੂੰ ਬਿੱਲ ਮਿਲੇ, ਆਪਾਂ ਭਰਾ ਬਣ ਕੇ ਹੱਥ ਬੰਨ ਕੇ ਬੇਨਤੀ ਆ, ਆਪਾਂ ਕਿਸੇ ਨੂੰ ਬਿੱਲ ਨਹੀਂ ਦੇਣੀ। ਜਿਹੜੇ ਬਾਈ ਦੇ ਜ਼ਖਮ ਦੀ ਕਰ ਲਓ ਜਮਾਂ ਠੰਡੇ ਕਰਤੇ ਬਾਈ, ਤੁਸੀਂ ਭਰਾ ਬਣ ਕੇ ਉਹਨੂੰ ਵੀਰਾ ਬਣ ਕੇ ਹੱਥ ਬੰਨ ਕੇ ਬੇਨਤੀ ਆ, ਉਹਨੂੰ ਕਢਾ ਲਓ ਬਾਈ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਤੋਂ 3 ਤਰੀਕ ਕਿਉਂ ਕੀਤੀ ਗਈ ਹੈ? ਕਿਉਂਕਿ ਜ਼ਬਰ ਕੱਲ੍ਹ ਵਾਲੇ ਇਕੱਠ ਤੋਂ ਬਾਅਦ ਵਧਿਆ। ਕੱਲ੍ਹ ਇਕੱਲਾ ਭਾਨਾ ਨਹੀਂ, ਉਹਦੇ ਛੋਟੇ ਭਰਾ ਅਮਲੇ ਨੂੰ ਵੀ ਮੁਕੱਦਮੇ 'ਚ ਇਹਨਾਂ ਨੇ ਨਾਮਜ਼ਦ ਕਰਤਾ, ਜਿਹੜਾ ਮੁਹਾਲੀ ਉੱਤੇ ਮੁਕੱਦਮਾ ਦਰਜ ਕੀਤਾ। ਅਤੇ ਭਾਨੇ ਨੂੰ ਕੱਲ੍ਹ CA ਸਟਾਫ ਰਾਤ ਮੁਹਾਲੀ ਰੱਖਿਆ ਗਿਆ। ਜੋ ਜ਼ਬਰ ਭਾਨੇ ਅਤੇ ਲੁਧਿਆਣੇ ਢਾਇਆ ਗਿਆ ਸੀ, ਉਦੋਂ ਕਈ ਗੁਣਾ ਜ਼ਿਆਦਾ ਜ਼ਬਰ ਬਰਫ਼ ਦੀ ਸਿੱਲੀ 'ਤੇ ਪਾ ਦੇਣਾ ਬੰਦੇ ਨੂੰ, ਮੂੰਹ ਉਹਦਾ ਖੋਲ੍ਹ ਕੇ ਮੂੰਹ 'ਚ ਕੜਾ ਪਾ ਕੇ ਅਤੇ ਉੱਤੋਂ ਦੀ ਪਾਣੀ ਸਿੱਟਣਾ, ਵਿੱਚ ਰੁਮਾਲ ਰੱਖ ਕੇ ਸੰਗਤ ਸੱਡਾ ਪਾਣੀ ਡਿੱਗਦਾ। ਇਹ ਉਹ ਉਸ ਤਰ੍ਹਾਂ ਸ਼ਬਦ ਢਾ ਰਹੇ ਆ ਜਿਹੜਾ ਕਿਸੇ ਮੈਡੀਕਲ 'ਚ ਵੀ ਨਹੀਂ ਆਉਣਾ। ਆਮ ਤੌਰ 'ਤੇ ਕਹਿ ਦਿੰਦੇ ਆ ਵੀ ਯਾਰ ਮੈਡੀਕਲ ਕਰਾ ਦਿਓ, ਡਾਕਟਰਾਂ ਦਾ ਬੋਰਡ ਬਿਠਾ ਦਿਓ। ਉਹ ਮੈਡੀਕਲ ਰਿਪੋਰਟਾਂ ਦੇ ਵਿੱਚ ਵੀ ਇਹੋ ਜਿਹੀ ਕੁੱਟਦੇ ਆ, ਠੰਡਾ ਪਾਣੀ ਪਾਈ ਜਾਂਦਾ ਸਿਰ 'ਤੇ ਬਿਠਾ ਕੇ, ਉਹ ਮੈਡੀਕਲ 'ਚ ਕੀ ਆਉਣਾ? ਸਿਰ ਦੇ ਵਿੱਚ ਜੁੱਤੀਆਂ ਬੰਦੇ ਨੇ ਦਿਮਾਗ 'ਚ ਮਾਰ ਦਿਆ, ਤਾਂ ਤੋਂ ਸਿੱਧਾ ਅਸਰ ਹੁੰਦਾ ਬੰਦੇ ਦਾ ਦਿਮਾਗ 'ਤੇ, ਬੰਦਾ ਮਾਨਸਿਕ ਤੌਰ ਦੇ ਉੱਤੇ ਹਿੱਲ ਜਾਂਦਾ, ਜਿਹਨੂੰ ਕਹਿੰਦਾ ਦਿਮਾਗ ਹਿੱਲ ਗਿਆ। ਇਹੋ ਜਿਹਾ ਤਸ਼ੱਦਦ ਆ ਜਿਹੜਾ ਕਰ ਰਹੇ ਆ। ਤਾਂ ਇਹ ਜ਼ਬਰ ਰੋਕਣ ਲਈ ਆਪਾਂ ਨੂੰ 5 ਤੋਂ 3 ਕਰਨੀ ਪਈ ਆ। ਸੋ ਮੇਰੀ ਅਪੀਲ ਆ, ਜਿਵੇਂ ਤੁਸੀਂ ਕੱਲ੍ਹ ਆਏ 29 ਨੂੰ, 3 ਤਰੀਕ ਨੂੰ ਪੰਜਾਬ ਦੇ ਹਰ ਘਰ ਦੇ ਵਿੱਚੋਂ ਸਾਡੀਆਂ ਮਾਵਾਂ, ਭੈਣਾਂ, ਨੌਜਵਾਨ, ਬਜ਼ੁਰਗ ਜੇ ਚਾਹੁੰਦੇ ਆ ਕਿ ਇਹ ਜ਼ਬਰ ਰੋਕਿਆ ਜਾਵੇ, ਮਸਲਾ ਇਕੱਲਾ ਭਾਨੇ ਦਾ ਨਹੀਂ ਆ, ਮਸਲਾ ਹੋਰ ਵੀ ਜ਼ਬਰ ਜਿਹੜਾ ਹੋ ਰਿਹਾ ਅੱਜ ਤਰਨ ਤਾਰਨ, ਫਿਰ ਕਹਿੰਦੇ ਜੀ ਗੈਂਗਸਟਰ ਕਹਿ ਕੇ ਐਨਕਾਊਂਟਰ ਕਰਤਾ, ਇਹ ਝੂਠੇ ਮੁਕਾਬਲਿਆਂ ਦਾ ਦੌਰ ਜਿਹੜਾ ਚੱਲ ਪਿਆ। ਜੇ ਰੋਕਣਾ ਕੱਲ ਨੂੰ ਕਿਸੇ ਨੂੰ ਵੀ ਇਹ ਅੱਤਵਾਦੀ ਕਹਿ ਕੇ, ਗੈਂਗਸਟਰ ਕਹਿ ਕੇ ਗੋਲੀ ਮਾਰ ਦੇਣਗੇ, ਸੌਖੀ ਗੱਲ ਹੈ, ਤੇ ਆਪਾਂ ਚੁੱਪ ਕਰ ਜਾਂਦੇ ਹਾਂ ਵੀ ਠੀਕ ਆ ਬੰਦਾ ਮਾੜਾ ਹੋਊ ਯਾਰ ਮਾਰਤਾ। ਤਰਨ ਤਾਰਨ ਮੁੰਡਾ ਮਾਰਿਆ, ਇੱਕ ਵੀ ਮੁਕੱਦਮਾ ਉਹਦੇ ਦਰਜ ਨਹੀਂ, ਕਿਸੇ ਅਪਰਾਧਿਕ ਮੁਕੱਦਮਾ ਕੋਈ, ਉਹ ਵੀ ਇਹਨਾਂ ਨੇ ਗੈਂਗਸਟਰ ਕਹਿ ਕੇ ਮਾਰਤਾ, ਆਪਾਂ ਚੁੱਪ ਕਰ ਗਏ। ਉਹਦੀ ਆਵਾਜ਼, ਵਿਚਾਰਾ ਗਰੀਬ ਪਰਿਵਾਰ ਸੀ ਉੱਠਿਆ, ਉਹਦੀ ਆਵਾਜ਼ ਹੀ ਨਹੀਂ ਉੱਠੀ, ਗੱਲ ਸੁਣੀ ਨਹੀਂ, ਕਿਉਂਕਿ ਜਦੋਂ ਕੋਈ ਟੈਗ ਲੱਗ ਗਿਆ ਬੰਦੇ ਦੇ ਉੱਤੇ ਵੀ ਇਹ ਵੱਖਵਾਦੀ ਆ ਜੀ, ਇਹ ਅੱਤਵਾਦੀ ਆ ਜੀ, ਇਹ ਗੈਂਗਸਟਰ ਆ ਜੀ, ਮਾਰ ਦਿਓ, ਅਸੀਂ ਵੀ ਚੁੱਪ ਕਰ ਜਾਂਦੇ ਹਾਂ। ਇਹ ਪਹਿਲਾਂ ਵੀ ਆਈ, 80 ਤੋਂ ਪਹਿਲਾਂ ਵੀ ਕਹਿੰਦੇ ਬਦਮਾਸ਼ ਕਹਿ ਕੇ ਮਾਰ ਦਿੰਦੇ ਸੀ ਪਹਿਲਾਂ, ਵੀ ਇਹ ਬਦਮਾਸ਼ ਆ ਮਾਰਦੇ, ਲੋਕ ਚੁੱਪ ਕਰ ਜਾਂਦੇ ਸੀ। ਸੋ ਇਹ ਗੈਂਗਸਟਰ, ਇਹ ਬਦਮਾਸ਼ ਸਾਡੇ ਪੁੱਤ ਨੇ, ਪੰਜਾਬ ਦੇ ਪੁੱਤ ਨੇ, ਗਲਤ ਰਾਹਾਂ 'ਤੇ ਪਏ ਹੋਏ ਨੇ। ਇਹ ਤਾਂ ਕਹਿੰਦੇ ਅਸੀਂ ਮੁੱਖ ਧਾਰਾ 'ਚ ਲੈ ਕੇ ਆਵਾਂਗੇ ਮੋੜ ਕੇ, ਇਹਨਾਂ ਨੇ ਮਾਰਨਾ ਸ਼ੁਰੂ ਕਰਤਾ। ਸੋ ਇਹ ਜ਼ਬਰ ਜਿਹੜਾ ਫਾਸੀਵਾਦੀ ਜ਼ਬਰ ਹੈ, ਵਧਣਾ ਭਰਾਵੋ, ਅਤੇ ਹਰ ਕਿਤੇ ਹੋਣਾ। ਇਸ ਲਈ ਆਪਾਂ 5 ਦੀ ਬਜਾਏ 3 ਰੱਖਤੀ। ਸੰਗਰੂਰ ਜਿਹੜੀ ਮੁੱਖ ਮੰਤਰੀ ਰਿਹਾਇਸ਼ ਹੈ, ਉੱਥੇ ਆਪਾਂ ਪਹੁੰਚਣਾ। ਅਤੇ ਗੱਲ ਇੱਕ ਚੇਤੇ ਰੱਖਿਓ, ਸਰਕਾਰ ਦਾ ਪੂਰਾ ਅੱਡੀ ਚੁੱਟੀ ਦਾ ਜ਼ੋਰ ਲੱਗਿਆ, ਕਿਸੇ ਵੀ ਤਰੀਕੇ ਦੇ ਨਾਲ ਇਹ ਚਾਹੁੰਦੇ ਆ ਕਿ ਆਪਾਂ ਇਹਨੂੰ ਵਿੱਚ ਕੋਈ ਬੰਦੇ ਵਾੜ ਕੇ ਗੜਬੜ ਕਰਾ ਕੇ ਮਾਹੌਲ ਨੂੰ ਵਿਗਾੜ ਦਿਓ।
ਤਾਂ ਕਿ ਦੁਬਾਰੇ ਤੁਹਾਡੇ ਡਾਂਗਾਂ ਫੇਰਨੀਆਂ ਤੁਹਾਨੂੰ ਜੇਲ੍ਹਾਂ ਸਿੱਟਣਾ ਨੂੰ ਸੌਖਾ ਹੋ ਜਾਏ ਜਿਵੇਂ ਪਹਿਲਾਂ ਇਹਨਾਂ ਨੇ ਕੀਤਾ। ਡਿਬਰੂਗੜ੍ਹ ਜਿਹੜੇ ਆਪਣੇ ਮੁੰਡੇ ਸਿੱਟੇ ਆ ਐਨਐਸਏ ਲੱਗੀਆਂ ਨੇ ਉਹ ਇਹੀ ਬਹਾਨਾ ਇਹੀ ਕਹਾਣੀ ਘੜੀ ਗਈ ਹੈ ਜਾਣੇ ਇਹਨਾਂ ਦੇ ਇਹ ਉਹ ਰਾਹ ਤੁਰ ਪਿਆ ਮੂੰਹ ਖੂਨ ਲੱਗ ਗਿਆ ਵੀ ਸ਼ਿਕਾਰ ਖੇਡਣਾ। ਇਸ ਕਰਕੇ ਜੇ ਆਪਾਂ ਆਪਣੇ ਪੁੱਤ ਬਚਾਉਣਾ ਚਾਹੁੰਦੇ ਹਾਂ ਇਹ ਜਬਰ ਦਾ ਡਟ ਕੇ ਵਿਰੋਧ ਕਰੋ, ਕਿਤੇ ਵੀ ਹੁੰਦਾ ਉੱਠ ਕੇ ਬੋਲਿਆ ਕਰੋ। ਅੱਜ ਇੱਥੇ 18 ਦੇ ਕਰੀਬ ਜਿਹੜੀਆਂ ਵੱਖ ਵੱਖ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਅਤੇ ਪੰਚਾਇਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਹੋਰ ਕਈ ਜਥੇਬੰਦੀਆਂ ਜਿਵੇਂ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਹਮਾਇਤ, ਹੋਰ ਕਈ ਮਜ਼ਦੂਰਾਂ ਦੀਆਂ ਜਥੇਬੰਦੀਆਂ ਹਮਾਇਤ ਦੇ ਤੌਰ 'ਤੇ ਆਈਆਂ ਨੇ। ਵੱਡਾ ਇਕੱਠ ਆਪਾਂ 3 ਤਰੀਕ ਨੂੰ ਮੇਰਾ ਵੀਰ ਕਰਨਾ ਅਤੇ 3 ਤਰੀਕ ਨੂੰ ਕਿਸੇ ਵੀ ਤਰੀਕੇ ਨਾਲ ਜੇ ਆਪਾਂ ਉਹਨੂੰ ਜਬਰ ਤੋਂ ਬਚਾਉਣਾ, ਜਿੰਨਾ ਉਹ ਲੰਮਾ ਸਮਾਂ ਇਹਨਾਂ ਕੋਲ ਰਹੂਗਾ ਓਨਾ ਹੀ ਉਹਦੇ ਜਬਰ ਢਾਉਣਗੇ ਅਤੇ ਓਨਾ ਹੀ ਉਹਨੂੰ ਦਿਮਾਗੀ ਤੌਰ 'ਤੇ ਅਪਸੈਟ ਕਰ ਦਿੱਤਾ ਜਾਊਗਾ। ਇਹ ਜਿਸ ਤਰੀਕੇ ਨਾਲ ਉਹਦੇ ਨਾਲ ਪੇਸ਼ ਆ ਰਹੇ ਨੇ ਲੰਗਰ ਲੈ ਕੇ, ਉਸ ਦਿਨ ਸਾਰਿਆਂ ਭਰਾਵਾਂ ਨੂੰ ਬੇਨਤੀ ਆ, ਮਾਵਾਂ ਨੂੰ ਬੇਨਤੀ ਹੈ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਹੋਕੇ ਦਵਾ ਦਿਓ, ਲੰਗਰ ਦਾ ਪ੍ਰਬੰਧ, ਦੁੱਧ ਦਾ ਪ੍ਰਬੰਧ, ਚਾਹ ਦਾ ਪ੍ਰਬੰਧ ਕਰਕੇ ਵੱਡੀਆਂ ਸਮੋਸਾਂ ਭਰ ਕੇ ਲੰਗਰ ਪ੍ਰਸ਼ਾਦੇ ਲੈ ਕੇ ਟੋਕਰਿਆਂ ਦੇ ਵਿੱਚ ਉੱਥੇ ਆਉਣਾ, ਕਿਉਂਕਿ ਆਪਾਂ ਉੱਥੇ ਮੌਕੇ 'ਤੇ ਪ੍ਰਬੰਧ ਲੰਗਰ ਦਾ ਨਹੀਂ ਹੋਣਾ। ਸੋ ਸਾਰਾ ਲੰਗਰ ਦਾ ਪ੍ਰਬੰਧ ਜਿਹੜਾ ਉਹ ਵੱਖ ਵੱਖ ਜਿੱਥੋਂ ਕਿਤੋਂ ਵੀ ਆਉਂਗੇ ਜਿੰਨੀਆਂ ਵੀ ਸੰਸਥਾਵਾਂ ਆਉਣਗੀਆਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹਦੇ ਨਾਲ ਲੰਗਰ ਦਾ ਪ੍ਰਬੰਧ ਕਰਕੇ ਆਉਣਾ 3 ਤਰੀਕ ਨੂੰ। ਜਾਬਤਾ 'ਤੇ ਸਰਕਾਰ ਦਾ ਪੂਰਾ ਜ਼ੋਰ ਲੱਗਿਆ, ਸ਼ਾਂਤਮਈ ਤਰੀਕੇ ਨਾਲ ਅਤੇ ਜਾਬਤੇ 'ਚ ਰਹਿ ਕੇ ਆਪਾਂ ਇਹ ਲੜਾਈ ਲੜਨੀ ਹੈ ਅਤੇ ਆਪਣੇ ਭਰਾ ਨੂੰ ਬਾਹਰ ਕਢਾ ਕੇ ਰੱਖਣਾ, ਰਹਿਣਾ ਹੀ ਰਹਿਣਾ। ਸੋ ਜੇ ਆਪਾਂ ਨਾ ਹੁਣ ਵੀ ਉੱਠੇ ਤਾਂ ਫਿਰ ਇਹ ਦੇਖਦੇ ਨੇ, ਅਸਲ ਇਹ ਹਰ ਵਾਰੀ ਟੀਕਾ ਲਾ ਕੇ ਦੇਖਦੇ ਆ ਵੀ ਆਪਾਂ ਜਾਉਂਦੇ ਹੈਗੇ ਹਾਂ ਤਾਂ ਆਪਾਂ ਮਰ ਗਏ। ਇਹ ਪਿੱਛੇ ਜੇ ਆਪਾਂ ਪਹਿਲਾਂ ਇਹ ਗਲਤੀਆਂ ਕਰ ਗਏ, ਜੇ ਪਹਿਲਾਂ ਵੀ ਉੱਠੇ ਹੁੰਦੇ ਨੇ ਉਹਨਾਂ ਨੌਜਵਾਨਾਂ ਬਾਰੇ ਵੀ ਉੱਠੇ ਹੁੰਦੇ, ਨਾ ਡਰ ਕੇ ਘਰਾਂ 'ਚ ਬੜੇ ਹੁੰਦੇ, ਕੁੰਡੇ ਲਾਏ ਹੁੰਦੇ, ਤਾਂ ਇਹ ਦਿਨ ਆਉਣੇ ਨਹੀਂ ਸੀ ਨਾ ਉਹਨਾਂ 'ਤੇ ਨਾ ਹੋਰ ਨੌਜਵਾਨਾਂ 'ਤੇ। ਅਤੇ ਅੱਜ ਵੀ ਬਹਿ ਗਏ ਤਾਂ ਫਿਰ ਹੋਰ ਵੀ ਜਬਰ ਇਹ ਵਧਣਾ। ਅਤੇ ਉਹਦੀ ਬੇਨਤੀ ਆ ਬਈ 5 ਤਰੀਕ ਨਹੀਂ, ਜਬਰ ਨੂੰ ਦੇਖਦੇ ਹੋਏ ਜੋ ਕੱਲ੍ਹ ਵਾਪਰਿਆ ਨਵਾਂ, ਐਡਾ ਹੰਕਾਰ ਆ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਦੇ ਦਿਮਾਗ 'ਚ, ਐਡਾ ਨਸ਼ਾ ਚੜ੍ਹ ਚੁੱਕਿਆ ਉਹਨੂੰ ਪਾਵਰ ਦਾ ਕਿ ਇੰਨਾ ਲੋਕਾਂ ਦਾ ਆਪ ਮਹਾਰੇ ਇਕੱਠ ਹੋਇਆ, ਤੁਰ ਕੇ ਵੀ ਆਏ, ਸਾਈਕਲਾਂ 'ਤੇ ਵੀ ਆਏ, ਹਜ਼ਾਰਾਂ ਦੀ ਗਿਣਤੀ 'ਚ ਆਏ, ਉਹਦੇ ਬਾਵਜੂਦ ਵੀ ਚੱਕ ਕੇ ਪਰਚਾ ਇੱਕ ਹੋਰ ਦੇ ਦਿਓ, ਐ ਨਹੀਂ ਪਤਾ ਹੋਰ ਕਿੰਨੇ ਇਕੱਠੀ ਬੈਠਾ ਪਰਚੇ। ਅਤੇ ਉਹਦੇ ਬਾਵਜੂਦ ਰਾਜ ਜੋਤ ਸ਼ਬਦਰ ਮੁਹਾਲੀ ਸੀ ਏ ਸਟਾਫ ਢਾਇਆ ਗਿਆ, ਅਤੇ ਸਮਝਦਾ ਵੀ ਕੋਈ ਗੱਲ ਨਹੀਂ ਮੈਂ ਤਾਂ ਐਂ ਕੁਚਲੂਗਾ, ਪਰ ਕੋਈ ਗੱਲ ਨਹੀਂ ਲੋਕ ਤੇਰਾ ਜਵਾਬ ਦੇਣਗੇ। ਐਡੇ ਵੀ ਮਰੇ ਅਤੇ ਬੁਜਦਲ ਨਹੀਂ ਹੈਗੇ ਪੰਜਾਬ ਦੇ ਲੋਕ, ਜੇ ਲੋਕਾਂ ਨੇ ਵੱਡੇ ਵੱਡੇ ਜਾਬਰਾਂ ਦਾ ਮੂੰਹ ਭੰਨਿਆ, ਜ਼ੁਲਮ ਦਾ ਸਾਹਮਣਾ ਕੀਤਾ ਤਾਂ ਇਹਦਾ ਵੀ ਦੇਣਗੇ। ਸੋ ਆਓ ਸਾਡੀ ਸਾਰਿਆਂ ਵੱਲੋਂ ਤੁਹਾਨੂੰ ਬੇਨਤੀ ਹੈ ਕਿ ਉਸ ਦਿਨ ਆਪਾਂ ਵੱਧ ਤੋਂ ਵੱਧ 3 ਤਰੀਕ ਨੂੰ ਜਿੰਨੇ ਇੱਥੇ ਆਏ ਹਾਂ ਉਹ ਤਾਂ ਆਉਣਾ ਹੀ ਆਉਣਾ, ਹੋਰ ਵੀ ਸੁਨੇਹੇ ਲਾ ਦਿਓ ਬਾਈ, ਜੇ ਚਾਹੁੰਦੇ ਹਾਂ ਕਿ ਸਾਡਾ ਭਰਾ ਸਾਡੇ ਸਹੀ ਸਲਾਮਤ ਬਾਹਰ ਆਵੇ ਅਤੇ ਹੋਰ ਜਿਹੜੇ ਕਰ ਰਹੇ ਜਾਬਰਾਂ ਝੂਠੇ ਮੁਕਾਬਲੇ ਹੈ ਉਹਨਾਂ ਨੂੰ ਨੱਥ ਪਾਈ ਜਾਵੇ। ਵਾਹਿਗੁਰੂ ਜੀ ਖਾਲਸਾ ਜੀ।